ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਅੰਮ੍ਰਿਤਸਰ ਦੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦੇ ਦੋਸ਼ ਵਿੱਚ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ। ਡਾਕਟਰ ਦਲਜੀਤ ਸਿੰਘ ਨੇ ਆਪ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਕਨਵੀਨਰ ਸੁੱਚੇ ਸਿੰਘ ਛੋਟੇਪੁਰ ਵਿਰੁੱਧ ਬਗਾਵਤੀ ਸੁਰ ਵਿੱਚ ਗੱਲਾਂ ਕਰਦੇ ਹੋਏ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਡਾਕਟਰ ਦਲਜੀਤ ਸਿੰਘ ਨੇ 2014 ਵਿੱਚ ਆਪ ਦੀ ਟਿਕਟ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਲੜੀ ਸੀ, ਪਰ ਉਹ ਸਫਲ ਨਾ ਹੋ ਸਕੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲਜੀਤ ਸਿੰਘ ਨੇ ਕਿਹਾ ਹੈ ਕਿ ਹਾਈਕਮਾਨ ਨੇ ਜੋ ਫੈਸਲਾ ਲਿਆ ਹੈ ਸਾਨੂੰ ਸਾਰਿਆਂ ਨੂੰ ਉਸ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ। ਜ਼ਿਲ੍ਹਾ ਅੰਮ੍ਰਿਤਸਰ ਤੋਂ ਖਡੂਰ ਸਾਹਿਬ ਤੋਂ ਆਪ ਦੇ ਇੰਚਾਰਜ ਇਕਬਾਲ ਸਿੰਘ ਭਾਗੋਵਾਲੀਆ ਐਡਵੋਕੇਟ ਨੇ ਕੁਝ ਦਿਨ ਪਹਿਲਾਂ ਖੁੱਲ੍ਹੇਆਮ ਇਹ ਮੰਗ ਕੀਤੀ ਸੀ ਕਿ ਡਾਕਟਰ ਦਲਜੀਤ ਸਿੰਘ ਨੂੰ ਪਾਰਟੀ ਵਿਰੋਧੀਆਂ ਸਰਗਰਮੀਆਂ ਵਿੱਚ ਹਿੱਸਾ ਲੈਣ ਦੇ ਦੋਸ਼ ਵਿੱਚ ਕੱਢ ਦਿੱਤਾ ਜਾਵੇ। ਆਪ ਦੀ ਕੇਂਦਰੀ ਅਨੁਸ਼ਾਸਨੀ ਕਮੇਟੀ ਵੱਲੋਂ ਡਾਕਟਰ ਦਲਜੀਤ ਸਿੰਘ ਨੂੰ ਪਾਰਟੀ ਵਿੱਚੋਂ ਕੱਢੇ ਜਾਣ 'ਤੇ ਉਹਨਾਂ ਕਿਹਾ ਕਿ ਪਾਰਟੀ ਵਿੱਚ ਅਨੁਸ਼ਾਸਨ ਬਣਾਏ ਰੱਖਣ ਦੀ ਕੋਸ਼ਿਸ਼ ਦਾ ਉਕਤ ਸਿਲਾ ਉਹਨਾਂ ਨੂੰ ਮਿਲਿਆ ਹੈ। ਡਾਕਟਰ ਦਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪਾਰਟੀ ਵੱਲੋਂ ਸਾਫ਼ ਸੁਥਰੇ ਅਕਸ ਵਾਲੇ ਅਤੇ ਮਿਹਨਤੀ ਵਲੰਟੀਅਰਾਂ ਨੂੰ ਅੱਖੋਂ ਪਰੋਖੇ ਕਰਕੇ ਦਾਗੀ ਕਿਸਮ ਦੇ ਲੋਕਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਜੋ ਕਿ ਆਮ ਆਦਮੀ ਪਾਰਟੀ ਦੇ ਸਿਧਾਂਤਾਂ ਦੇ ਖਿਲਾਫ਼ ਸੀ। ਪਾਰਟੀ 'ਚ ਅਨੁਸ਼ਾਸਨ ਕਾਇਮ ਰੱਖਣ ਦੀ ਉਹਨਾਂ ਦੀ ਕੋਸ਼ਿਸ਼ ਅਨੁਸ਼ਾਸਨਹੀਣ ਲੋਕਾਂ ਨੂੰ ਗਵਾਰਾ ਨਹੀਂ ਹੋ ਰਿਹਾ ਸੀ। ਪਾਰਟੀ ਹਾਈਕਮਾਨ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਵੀ ਦਿੱਲੀ ਤਰਜ਼ 'ਤੇ ਹੀ ਜਿੱਤਣਾ ਚਾਹੁੰਦੀ ਹੈ, ਪਰ ਇੱਥੇ ਹਾਲਾਤ ਬਿਲਕੁਲ ਉਲਟ ਹਨ, ਕਿਉਂਕਿ ਪੰਜਾਬ ਦਿੱਲੀ ਨਾਲੋਂ 50 ਗੁਣਾ ਵੱਡਾ ਹੈ। ਉਹਨਾਂ ਦੱਸਿਆ ਕਿ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨਾਲ ਇਸ ਸੰਬੰਧੀ ਵਿਚਾਰ ਵਟਾਂਦਰਾ ਕਰਨ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ। ਉਹ ਕਿਉਂ ਉਹਨੇ ਨਿਕਾਲਾ, ਕਿਆ ਤਕਲੀਫ ਥੀ ਉਨਸੇ ਉਨਕੋ ਮੇਰੇ ਸੇ, ਇਹ ਤੋ ਉਨਕੋ ਜ਼ਿਆਦਾ ਪਤਾ ਹੋਗਾ। ਮੇਰੀ ਡਿਊਟੀ ਥੀ ਪੰਜਾਬ ਮੇਂ ਡਿਸਿਪਲਿਨ ਕੋ ਮੇਨਟੇਨ ਕਰਨਾ, ਜੋ ਸ਼ਿਕਾਇਤ ਆਤੀ ਥੀ ਉਸਮੇਂ ਇਨਵੈਸਟੀਗੇਸ਼ਨ ਕੀ ਜਾਤੀ ਥੀ ਔਰ ਫਿਰ ਸ਼ੋ ਕਾਜ਼ ਨੋਟਿਸ ਦਿਆ ਜਾਤਾ ਥਾ। ਤੋ ਸ਼ੋ ਕਾਜ਼ ਨੋਟਿਸ ਮੇਂ ਜੋ ਹੈ ਬੜੇ ਬੜੇ ਲੋਕ ਆ ਗਏ, ਜੋ ਗਲਤੀਆਂ ਕਰਤੇ ਥੇ, ਤੰਗ ਕਰਤੇ ਥੇ ਪਾਰਟੀ ਵਰਕਰਸ ਕੋ, ਐਂਟੀ ਪਾਰਟੀ ਐਕਟੀਵਿਟੀਜ਼ ਕਰਤੇ ਥੇ। ਤੋ ਫਾਈਨਲੀ ਇਤਨੀ ਐਂਟੀ ਪਾਰਟੀ ਐਕਟੀਵਿਟੀਜ਼ ਹੋ ਗਈ ਕਿ ਬਈ ਇੱਕ ਵਾਰ ਹਮਾਰੀ ਐਗਜੈਕਟਿਵ ਕੋ ਸੁੱਚਾ ਸਿੰਘ ਛੋਟੇਪੁਰ ਕੋ ਵੀ ਨੋਟਿਸ ਦੇਣਾ ਪੜਾ ਕਿ ਤੁਮ ਇਹ ਬਾਜ਼ ਆਓ ਜੇ ਸਾਰੀ ਐਂਟੀ ਪਾਰਟੀ ਐਕਟੀਵਿਟੀਜ਼ ਕਰ ਰਹੇ ਹੋ, ਦੂਸਰੀ ਪਾਰਟੀਓ ਸੇ ਲੀਡਰ ਲੈ ਕੇ ਆ ਰਹੇ ਹੋ, ਜਹਾਂ ਵੀ ਜਾਤੇ ਹੋ ਇੱਕ ਨਯਾ ਆਫਿਸ ਖੋਲ ਦੇਤੇ ਹੋ, ਦੋ ਦੋ ਤਿੰਨ ਤਿੰਨ ਆਫਿਸ ਹੋ ਗਏ ਇੱਕ ਸ਼ਹਿਰ ਮੇਂ, ਇਹ ਸਾਰਾ ਕੰਮ ਗਲਤ ਹੈ, ਇਸਕੋ ਬੰਦ ਕਰੋ। ਉਹ ਨਹੀਂ ਹਟੇ। ਫਿਰ ਹਮਾਰੀ ਕਮੇਟੀ ਜੋ ਹੈ ਅਨੁਸ਼ਾਸਨਿਕ ਕਮੇਟੀ, ਇਸਮੇਂ 4 MP ਹੈ ਔਰ 4 ਔਰ ਲੋਕ ਹੈ ਜਿਨਮੇ ਇੱਕ ਛੋਟੇਪੁਰ ਵੀ ਹੈ, ਤੋ ਹਮਨੇ ਉਨਕੋ ਉਹ ਜੋ ਕਨਵੀਨਰਸ਼ਿਪ ਸੇ ਹਟਾ ਦਿਆ, ਯਾਨੀ ਵੋ ਜੈਸੇ 8 ਮੈਂਬਰ ਹੈ ਵੋ ਵੀ ਉਨਮੇ ਸੇ ਇੱਕ ਬਣ ਗਏ। ਮਗਰ 3 ਦਿਨ ਕੇ ਬਾਅਦ ਹੀ ਬਿਆਨ ਆ ਗਿਆ ਉਸਕਾ ਸੰਜੇ ਸਿੰਘ ਕਾ ਕਿ ਨਹੀਂ ਨਹੀਂ ਇਹ ਸਭ ਅਫਵਾਹ ਹੈ, ਇਹ ਝੂਠੀ ਖਬਰ ਹੈ, ਅਫਵਾਹ ਹੈ, ਸੁੱਚਾ ਸਿੰਘ ਛੋਟੇਪੁਰ ਵੈਸੇ ਹੀ ਕਨਵੀਨਰ ਹੈ। ਇਹ ਤਾਂ ਬੜੀ ਫਜ਼ੂਲ ਬਾਤ ਹੈ। ਔਰ ਆਇਆ ਕਿਸ ਮੇਂ? ਟਵਿੱਟਰ ਮੇਂ। ਹਮ ਲਿਖ ਲਿਖ ਕੇ ਰੈਜ਼ੋਲਿਊਸ਼ਨ ਪਾਸ ਕਰਤੇ ਹੈ, ਉਨਕੀ ਕਾਪੀਆਂ ਭੇਜਤੇ ਹੈ, ਪਰੂਫ ਸਾਥ ਭੇਜਤੇ ਹੈ, ਤਭੀ ਜਾ ਕੇ ਤੋ ਹਮਾਰਾ ਡਿਸੀਜਨ ਹੋਤਾ ਹੈ। ਤੋ ਉਹਨੇ ਟਵਿੱਟਰ ਕੇ ਉੱਪਰ ਕਰ ਦਿਆ। ਫਿਰ ਕਿਸੀ ਨੇ ਮੁਝੇ ਪੁੱਛਾ ਕਿ ਬਈ ਯੇ ਕਿਆ ਹੈ, ਮੈਨੇ ਕਹਾ ਬਈ ਮੁਝੇ ਤੋ ਹੰਸੀ ਆਤੀ ਹੈ, ਡਿਸੀਜਨ ਤੋ ਵਹਾਂ ਹੁਆ ਹੈ ਔਰ ਯੇ ਕਮੈਂਟ ਹੀ ਚੱਲ ਰਹੇ। ਫਿਰ ਕਿਆ ਉਹ ਫਿਰ ਵਾਪਸ ਉਸੀ ਤਰ੍ਹਾਂ, ਚਲੋ ਬਈ ਪੰਜਾਬ ਬਚਾਓ, ਯੇ ਬਚਾਓ, ਉਹ ਉਸ ਚੱਕਰ ਮੇਂ ਲੋਕੋਂ ਕੋ ਫਸਾ ਲਿਆ। ਔਰ ਸਭ ਉਹ ਯੇ ਥਾ ਕਿ ਉਸਕੇ ਉੱਪਰ ਐਕਸ਼ਨ ਆ ਗਿਆ, ਅਬ ਇਸਕੋ ਬਚਾਨਾ ਹੈ, ਉਸਕੋ ਬਚਾਨੇ ਕੇ ਲੀਏ ਸਾਰੇ ਪੰਜਾਬ ਕਾ ਦੌਰਾ ਲਗਾ ਦੋ। ਉਹ ਖਤਮ ਹੋ ਗਿਆ ਦੌਰਾ। ਔਰ ਇਸੀ ਮੇਂ ਕਰਤੇ ਕਰਤੇ ਉਹ ਉਨਕੇ ਜੋ ਤੀਰ ਜੋ ਹੈ ਦੂਸਰੇ ਲੋਕੋਂ ਪਰ ਵੀ ਜਾਣੇ ਸ਼ੁਰੂ ਹੋ ਗਏ। ਤੋ ਆਖਿਰ ਮੇਂ ਥੋੜ੍ਹੇ ਦਿਨ ਪਹਿਲੇ ਮੈਨੇ ਜਲੰਧਰ ਮੇਂ ਇੱਕ ਪ੍ਰੈਸ ਕਾਨਫਰੰਸ ਕਰਵਾਈ, ਉਸਮੇਂ ਮੈਨੂੰ ਸਾਰੀ ਕਹਾਣੀ ਬਤਾਈ, ਕੈਸੇ ਇਤਨਾ ਇਨਡਿਸਿਪਲਿਨ ਜੇ ਬੜ ਰਿਹਾ ਥਾ, ਕਿਆ ਹੋ ਰਿਹਾ ਥਾ, ਮੈਂ ਕੈਸੇ ਕੇਜਰੀਵਾਲ ਸੇ ਮਿਲ ਕੇ ਉਨਕੋ ਸਭ ਕੁਛ ਬਤਾਇਆ ਕਿ ਯੇ ਹੋ ਰਿਹਾ, ਬਚਾਓ ਇਸਕੋ। ਤੋ ਇਸਕੇ ਬਾਵਜੂਦ ਬਚਾਨੇ ਕੀ ਤੋ ਬਾਤ ਹੀ ਛੋੜੋ, ਮੁਝੇ ਲਗਤਾ ਹੈ ਇਹ ਪੰਜਾਬ ਕਾ ਤੋ ਪਟਾਕਾ ਹੀ ਬੋਲ ਗਿਆ। ਅਗਰ ਰਹੇਗੇ ਤੋ ਕਰੇਂਗੇ, ਪਹਿਲੇ ਹੀ ਕਰ ਚੁੱਕੇ ਹਾਂ ਕਾਫੀ, ਬਾਕੀ ਜੋ ਥੋੜ੍ਹੀ ਕਸਰ ਰਹਿ ਗਈ ਉਹ ਵੀ ਕਰ ਦੇਂਗੇ। ਨਹੀਂ ਨਹੀਂ ਮੁਝੇ ਤੋ ਪੈਰ ਜਮਾਨੇ ਕੀ ਜ਼ਰੂਰਤ ਹੀ ਨਹੀਂ ਹੈ, ਮੈਂ ਐਸੇ ਹੀ ਠੀਕ ਹੂੰ। ਮੈਨੇ ਕਿਆ ਕਰਨਾ ਪਾਰਟੀ, ਮੈਂ ਕੌਣ ਸੀ ਕੁਰਸੀ ਢੂੰਡ ਰਹਾ ਹੂੰ, ਐਸੀ ਕੋਈ ਚੀਜ਼ ਨਹੀਂ ਹੈ। ਜੋ ਵੀ ਹੋਗਾ ਜ਼ਿੰਦਗੀ ਮੈਂ ਆਪਾਂ ਤਮਾਸ਼ਾ ਦੇਖੇਂਗੇ, ਔਰ ਕਿਆ ਕਰਨਾ।